ਥੋਡਾ ਬੁੜਾ ਕਹਿੰਦਾ ਵੀ ਅਸੀਂ ਟਰਾਲੀ ਲਿਆਂਦੀ 1,23,000 ਦੀ, ਠੀਕ ਹੈ, ਤੇ ਸਾਰੇ ਪੱਪੂ ਵਰਗੇ ਸਾਰੇ ਸੀ ਇੱਥੇ, ਕਹਿੰਦੇ ਵੀ ਚੱਲ ਵਧਾਈਆਂ ਤੂੰ ਇੱਕ ਤੇ, ਨਹੀਂ ਮੁੜ ਕੇ 1,60 ਦੀ, ਕਹਿੰਦੇ ਵੀ ਠੀਕ ਹੈ, ਕਹਿੰਦੇ ਮਾੜਾ ਮੋਟਾ ਪਤਾ ਤੈਨੂੰ, ਉਹ ਨਹੀਂ ਨਹੀਂ ਸਹੀ ਆ, ਮੈਂ 1,23 ਦੀ ਲਿਆਂਦੀ ਆ, ਅਸੀਂ ਵੇਚਤੀ ਜਿਹੜੀ ਘਰ ਵਾਲੀ ਆ ਵੇਚਤੀ 1,20 ਦੀ, ਪਿਆ ਕੀ ਤੇਰੇ ਕੋਲੋਂ 3,000 ਹੀ ਪਿਆ, ਉਹੀ ਤੇ ਮੈਂ ਕਿਹਾ ਪਤਾ ਹੀ ਨਹੀਂ, ਨਹੀਂ ਨਹੀਂ ਬਈ ਉਹ ਪੂਰਾ ਸਹੀ ਆ ਬੰਦਾ, ਹੁਣ ਅਸੀਂ ਅਜੇ ਪਾਲ ਕੋਲੇ ਆਏ, ਅਜੇ ਪਾਲ ਕਹਿੰਦਾ ਵੀ ਟਰਾਲੀ ਤੁਸੀਂ ਵਧਾਈਆਂ ਨੀ ਦਿੱਤੀਆਂ ਸੀ, ਅਸਾਂ ਵਧਾਈਆਂ ਬਾਈ ਤੈਨੂੰ, ਠੀਕ ਹੈ ਵੀ ਟਰਾਲੀ ਦੀਆਂ ਨਵੀਂ ਨੀ ਲਿਆਂਦੀ, ਚੱਲ ਕੇ ਚੀਜ਼ ਮੰਗੀ ਜਾਂਦੀ ਆ, ਚੱਕੋ ਭਰਾ ਇਹ ਕਹਿੰਦਾ ਵੀ ਅਜੇ ਸਾਨੂੰ ਪੈ ਗਈ 1,50 ਦੀ, ਸਹੀ ਦੱਸਿਆ ਗੱਲ, ਠੀਕ ਹੈ, ਤੇ ਮੁੜ ਕੇ ਖੜਾ ਖੜਾ ਆਪ ਹੀ ਥੱਲੇ ਨੂੰ ਆ ਗਿਆ, ਕਹਿੰਦਾ ਵੀ 1,43 5-7 ਲੱਖ ਜੂ, ਦੱਸੀ ਬਈ ਆਈ ਕਹਿੰਦਾ 7,000 ਰੁਪਏ ਕੱਟ ਗਿਆ, ਠੀਕ ਹੈ, ਅਸੀਂ ਆਖਿਆ ਵੀ ਚੱਲ ਕਲੀਗ ਨੂੰ ਪੁੱਛਾਂਗੇ, ਖੜ ਜਾ, ਅੱਛਾ ਕੀ ਕਹਿੰਦਾ, ਇਹ ਆ ਜਾਂਦਾ ਉਹ ਵੀ 1,50 ਵਿੱਚ ਕੋਲੋਂ ਪੈ ਗਿਆ ਵੀ 80 ਦੀ, ਉਹ ਵੇਚ 80 ਦੀ, ਐਂ ਕਹਿੰਦਾ ਹੋਊਗਾ ਇਹ, ਉਹਦਾ ਫਿਰ ਬਣ ਉਹਨੂੰ ਵੱਧ ਗਿਆ ਵੀ 2,30-40 ਦੀ ਪੈ ਗਈ ਫਿਰ, ਤੇ ਮੈਂ ਤਾਂ ਉਹੀ ਆਖੀ ਨਾ 2,30-40 ਤਾਂ ਟਰਾਲਾ ਬਣ ਜੂਗਾ, 2,70 ਵੀ ਉਹ ਟਰਾਲੀ ਨਾ ਆ 2,00,000 ਤੇ ਤੁਹਾਡੇ ਪੱਪੂ ਕਨੇ ਵੇਚਿਆ, 2,00,000 ਵਾਕੇ ਤੁਸੀਂ ਧੜਕੇ ਮਾਰਦੇ, ਮਾੜੇ ਮੋਟੇ ਟਾਇਰ ਟੂਰ ਲਾ ਲਿਆ ਕਰੋ ਥੱਲੇ, 2,00,000 ਸਾਡੇ ਬਾਈ ਵਾਲਾ ਟਰਾਲਾ ਵਿੱਚ ਲਿਖਿਆ, ਠੀਕ ਆ, ਉਹ ਪੁਰਾਣਾ ਟਰਾਲਾ ਉਡਾ ਹੀ ਦਿੰਦੇ ਸਿੱਧੀ ਸਮਾਨ, ਪੁਰਾਣਾ ਟਰਾਲਾ ਵੇਚਿਆ, ਹੁਣ ਜੇ ਉਹਨੂੰ ਪੁੱਛਿਆ ਵੀ ਚੱਲ ਉਹ ਗੱਪ ਘੱਟ ਮਾਰਦਾ, ਹੈ ਉਹਨੇ ਕੰਜ ਦੇ ਪੋਤ ਨੇ ਉਦੋਂ ਵੀ ਅੱਖਣਾ ਕੱਢਤੀ, ਉਹਨੇ ਕਹਿੰਦਾ 1,80 ਤੇ 80 ਉਹ ਟਰਾਲੀ ਦਾ ਪਾਲਾ, ਠੀਕ ਹੈ, ਤੇ ਹੋ ਗਏ ਅਸੀਂ 2,60 ਦੀ, 2,60 ਦੀ ਟਰਾਲੀ, ਚੱਲ ਜੇ 3-3 ਲੱਖ ਦੇ ਬੰਗਾ, 3 ਲੱਖ ਦੀ, ਕਿੰਨੇ ਫੁੱਟੀ ਆ ਬਈ, 11 ਫੁੱਟੀ, ਟਾਇਰ ਟੂ ਡਬਲ ਆ, ਨਹੀਂ ਟਾਇਰ ਨਹੀਂ ਡਬਲ, ਫਿਰ 2,60 ਦੀ ਪੌੜੀਆਂ ਲੱਗਣਾ, 11 ਫੁੱਟ 40 ਜੁਲੀਆਂ ਪ੍ਰੋਪਰ ਲੱਗੀ ਆ, ਨਹੀਂ 40 ਨਹੀਂ ਲੱਗੀ, 40 ਲਵਾ ਕੇ ਲਿਆਉਣੀਆਂ, ਐ ਫਰੇਮ ਬਣਿਆ ਪੂਰਾ ਸਹੀ ਆ, ਅੱਛਾ ਫਰੇਮ ਬਣਿਆ ਸਾਰਾ ਕੁਝ, ਤੇ ਫੇਰ ਤਾਂ ਮੰਨ ਕੇ ਚੱਲ ਵੀ ਆਪਾਂ ਨੂੰ 3 ਤੋਂ ਟੱਪ ਹੀ ਜਾਊਗੀ, ਹਾਂ 3 ਤੋਂ ਟੱਪ ਜੂਗੀ, 3 ਤੋਂ ਟੱਪ, 3 ਲੱਖ 3,40 ਟੱਪ ਜੂਗੀ, ਚੰਗੀ ਤਰ੍ਹਾਂ ਵੇਖੀ ਨਹੀਂ ਗੀ, ਭਾਵੇਂ ਲੱਗਿਆ 2,00,000 ਹੋਵੇ, ਠੀਕ ਹੈ, ਕਹਿ ਤਾਂ 4 ਹੀ ਦੇਣਾ, ਮੁੜ ਕੇ ਕੱਢੀ ਕਰ, ਮੱਝਾਂ ਸਹੀ ਗੱਲ ਆ, ਚੱਲ ਟਰਾਲੀ